ਜਿਹੜੀ ਕੱਲ੍ਹ ਆਪਾਂ ਪੜ੍ਹੀ ਸੀ ਅਤੇ ਉਹ ਸੇਮ ਹੀ ਕਵਿਤਾ ਫੇਰ ਲਿਖੀ ਆ ਜਗਦੀਪ ਸਿੰਘ ਗਿੱਲ ਹੋਣਾ ਨੇ। ਉਹਨਾਂ ਨੇ ਨਵੀਂ ਕਵਿਤਾ ਲਿਖਦੀ ਅਕਾਲੀ ਦਲ 'ਤੇ, ਕਹਿੰਦੇ ਪੰਥ ਦੇ ਗਦਾਰੋਂ ਲੇਖੇ ਦੀ ਘੜੀ ਆ ਗਈ, ਬਾਪੂ ਪਾਪਾ ਦੀ ਚੁੱਕ ਕੇ ਪੰਡ ਤੁਰ ਗਿਆ, ਉਦੋਂ ਹਾਲਤਾਂ ਬਹੁਤ ਮਾੜੀਆਂ, ਹੁਣ ਭੁਗਤ ਰਹੇ ਨੇ ਧਰਮ ਦੀ ਤਵੀ ਉੱਤੇ, ਹੁਣ ਤੱਕ ਰੋਟੀਆਂ ਜਿਨ੍ਹਾਂ ਨੇ ਰਾੜੀਆਂ, ਹੁਣ ਚਾਨੀ ਗੁਰਾਂ ਦੇ ਦੇਖ ਕੇ ਚੋਰ ਡਿੱਗਦੇ, ਲੋਕ ਹੱਸਦੇ ਮਾਰ ਕੇ ਤਾੜੀਆਂ, ਹੁਣ ਜਿਹੜੇ ਪਿੰਡਾਂ ਦੇ ਵਿੱਚ ਪਾਉਂਦੇ ਸੀ ਵੋਟ ਉੱਥੇ ਕਰਦੇ ਤਿੱਖੀਆਂ ਲੋਕ ਕਹਾੜੀਆਂ, ਹੁਣ ਛੁਪਣ ਲੱਗੇ ਨਹੀਂ ਹੱਕ ਹਰਾਮ ਖਾਧੇ, ਲੋਕ ਢਿੱਡਾਂ ਦੀਆਂ ਗਿਣਦੇ ਨਾੜੀਆਂ, ਹੁਣ ਖਿਆਲ ਗੱਦੀਆਂ ਦਾ ਛੱਡ ਕੇ ਭਲਾ ਸਮਝੋ ਬਚ ਜਾਣ ਜੇ ਗਿੱਲਾਂ ਹੁਣ ਦਾੜੀਆਂ ਹੁਣ। ਬਹੁਤ ਵਧੀਆ ਗੱਲ ਹੈ ਜੀ। ਤਾਂ ਆਪਾਂ ਨਾਲ ਹੀ ਇਹਨਾਂ ਦੀ ਗੱਲਬਾਤ ਕਰਦੇ ਜੀ, ਕਹਿੰਦੇ ਜਿਹੜੇ ਸਿੰਘ ਸਾਹਿਬਾਨ ਆ ਉਹਨਾਂ ਦੀ 30 ਅਗਸਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਹੋਊਗੀ, ਉੱਦਣ ਪਤਾ ਲੱਗੂਗਾ ਵੀ ਉੱਠ ਕੇ ਇਸ ਕਰਵਟ ਬੈਠਦਾ। ਦੇਖੋ ਚੰਡੀ ਸਾਹਿਬ ਸਿੰਘ ਸਾਹਿਬਾਨ ਨੇ ਮੀਟਿੰਗ ਬੁਲਾਈ ਬੁਲਾਉਣੀ ਚਾਹੀਦੀ ਸੀ, ਕਿਉਂਕਿ ਪਹਿਲਾਂ ਕਬੂਲਨਾਮਾ ਤੇ ਚਾਰਜ ਸ਼ੀਟ ਹੈ ਜਿਹੜਾ ਵਿਰੋਧੀ ਗਰੁੱਪ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਦਿੱਤਾ ਗਿਆ ਸੀ ਜੀ। ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ, ਔਰ ਸਪਸ਼ਟੀਕਰਨ ਪਿਛਲੇ ਦਿਨਾਂ ਦੇ ਵਿੱਚ ਜਨਤਕ ਵੀ ਕਰ ਦਿੱਤਾ ਸੀ ਸਿੰਘ ਸਾਹਿਬਾਨ ਨੇ ਜੀ। ਤੇ ਉਹਦੇ ਵਿੱਚ ਸੁਖਬੀਰ ਬਾਦਲ ਨੇ ਕਹਿੰਦਾ ਜੀ ਮੈਂ ਸਮਰਪਿਤ ਹਾਂ, ਮੈਂ ਕੋਈ ਜਿਹੜੀ ਹੈ ਅਪੀਲ ਦਲੀਲ ਨਹੀਂ ਕਰਨੀ, ਮੈਨੂੰ ਜੋ ਸਜ਼ਾ ਦੇਣੀ ਹੈ ਦੇਵੇ ਜੀ, ਮੈਂ ਸਜ਼ਾ ਪ੍ਰਵਾਨ ਕਰਨ ਵਾਸਤੇ ਤੁਹਾਡੇ ਕੋਲੇ ਆ ਰਿਹਾ, ਜਦੋਂ ਵੀ ਮੈਨੂੰ ਬੁਲਾਓਗੇ ਮੈਂ ਆਊਂਗਾ, ਇਹ ਗੱਲ ਉਹਨਾਂ ਨੇ ਕਹਿ ਦਿੱਤੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਆ ਜਿਹੜਾ ਜਗਦੀਪ ਕਿੰਨੇ ਵੀ ਕਿਹਾ ਕਿ ਬਾਪੂ ਪਾਪਾ ਦੀ ਪੰਡ ਲੈ ਕੇ ਤੁਰ ਗਿਆ, ਪਾਪ ਸ਼ੁਰੂ ਕਿੱਥੋਂ ਹੁੰਦੇ, ਬਿਮਾਰੀ ਦੀ ਜੜ ਕਿੱਥੇ ਹੈ, ਇਲਾਜ ਉਨੀ ਦੇਰ ਪ੍ਰੋਪਰ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਬਿਮਾਰੀ ਦੇ ਲੱਛਣਾਂ ਦਾ ਨਾ ਪਤਾ ਲੱਗੇ ਕਿ ਬਿਮਾਰੀ ਦੇ ਲੱਛਣ ਕੀ ਹੈ। ਪਹਿਲਾਂ ਤਾਂ ਲੱਛਣਾਂ ਨੂੰ ਕਾਬੂ ਕਰਨਾ ਪਊਗਾ। ਵਾਰ ਵਾਰ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ, ਉਹਦੇ ਟੈਸਟ ਲਏ ਜਾਂਦੇ, ਉਹਦੇ ਐਕਸਰੇ ਲਏ ਜਾਂਦੇ, ਦੇਖਿਆ ਜਾਂਦਾ ਕਿ ਟਿਊਮਰ ਕਿੱਥੇ ਹੈ ਜੀ। ਹੁਣ ਟਿਊਮਰ ਦੀ ਜੜ ਕਿੱਥੇ ਹੈ, ਟਿਊਮਰ ਦੀ ਜੜ ਬਣਦੀ ਹੈ ਜੀ 2000 ਜਿਹੜਾ ਉਹ 12-15 ਦਾ ਟਾਈਮ ਹੈ ਉਦੋਂ ਦੀ, ਜਦੋਂ ਡੇਰਾ ਮੁਖੀ ਨੂੰ ਮਾਫ਼ ਕੀਤਾ ਗਿਆ ਸੀ। ਇੱਥੇ ਮੈਂ ਕੱਲ੍ਹ ਭਗਵੰਤ ਮਾਨ ਹੋਰਾਂ ਦਾ ਇੱਕ ਬਿਆਨ ਸੁਣ ਰਿਹਾ ਸੀ, ਭਗਵੰਤ ਮਾਨ ਹੋਰਾਂ ਨੇ ਗੱਲ ਕਹੀ ਹੈ ਕਿ ਜਿਹੜੀਆਂ ਗਲਤੀਆਂ ਮਾਫ਼ ਹੋ ਜਾਂਦੀਆਂ ਲੇਕਿਨ ਗੁਨਾਹ ਮਾਫ਼ ਨਹੀਂ ਹੁੰਦੀ। ਬਿਲਕੁਲ ਜੀ। ਉਹ ਜਿਹੜਾ ਗੁਨਾਹ ਹੋਇਆ, ਗੁਨਾਹ ਹੋਇਆ ਕਦੋਂ ਹੈ, ਗੁਨਾਹ ਅਸਲ ਦੇ ਵਿੱਚ ਉਦੋਂ ਐ ਹੋਇਆ ਜਦੋਂ ਡੇਰਾ ਮੁਖੀ ਨੂੰ ਮਾਫ਼ ਕਰਾਉਣ ਵਾਸਤੇ ਸਾਡੇ ਸਿੰਘ ਸਾਹਿਬਾਨ ਜਿਹਨਾਂ ਨੂੰ ਅਸੀਂ ਜਥੇਦਾਰ ਵੀ ਕਹਿ ਦਿੰਦੇ ਹਾਂ, ਸੇਵਾਦਾਰ ਵੀ ਕਹਿ ਦਿੰਦੇ ਹਾਂ ਤਖ਼ਤਾਂ ਦੇ, ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਬੁਲਾਇਆ ਗਿਆ ਜੀ ਜੀ ਜੀ। ਚੰਡੀਗੜ੍ਹ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਇਹਨੂੰ ਮਾਫ਼ ਕਰੋ, ਬਿਮਾਰੀ ਦੀ ਜੜ ਤਾਂ ਉਹੀ ਹੈ ਨਾ। ਬਿਲਕੁਲ ਜੀ। ਉਹਨਾਂ ਨੇ ਮਾਫ਼ ਕਰਤਾ, ਦਬਾਅ ਥੱਲਿਆ ਕਿ ਮਾਫ਼ ਕਰਤਾ ਗਿਆ ਜੀ, ਗੁਰਮੁਖ ਸਿੰਘ ਹੋਰਾਂ ਨੇ ਕਹਿ ਦਿਆ ਕਿ ਮੈਂ ਕਿਹਾ ਵੀ ਸੀ ਸਾਨੂੰ ਇੱਥੇ ਨਾ ਬੁਲਾਇਆ ਕਰੋ, ਔਰ ਬਿਨਾਂ ਮੰਗੇ ਤੋਂ ਮਾਫ਼ ਕਰਦਾ, ਮਾਫ਼ੀ ਤਾਂ ਉਹਨੇ ਮੰਗੀ ਨਹੀਂ, ਵਾਰ ਵਾਰ ਇਹਦੇ ਗੱਲਾਂ ਹੁਣ ਆ ਰਹੀਆਂ, ਉਹਦੀ ਚਿੱਠੀ ਦੇ ਵਿੱਚ ਵੀ ਕਿਤੇ ਮਾਫ਼ੀ ਨਹੀਂ, ਥੱਲੇ ਕਰਕੇ ਲਿਖਤਾ ਖਿਮਲ ਦਾ ਜਾਂਚ ਕੋ ਵੀ ਆਪ ਲਿਖਿਆ ਹੋਇਆ, ਉਹਦੀ ਚਿੱਠੀ ਹਿੰਦੀ ਦੇ ਵਿੱਚ ਆਉਂਦੀ ਹੈ, ਜਿਹੜੀ ਚਿੱਠੀ ਵਿਚਾਰੀ ਗਈ ਉਹ ਪੰਜਾਬੀ ਦੇ ਵਿੱਚ ਹੈ, ਇਹਦਾ ਮਤਲਬ ਕਾਲਾ ਮਾਲਾ ਤੇ ਹੋਇਆ ਨਾ ਰਿਕਾਰਡ ਨੂੰ ਵੀ ਪੇਪਰ ਕੀਤਾ ਗਿਆ, ਜਾਲੀ ਰਿਕਾਰਡ ਵੀ ਤਿਆਰ ਕੀਤਾ ਗਿਆ ਤਾਂ ਕਿ ਸਾਧ ਨੂੰ ਮਾਫ਼ ਕਰਵਾਇਆ ਜਾਵੇ, ਕਿਉਂ ਕਿਉਂਕਿ ਸਾਧ ਦੀਆਂ ਵੋਟਾਂ ਲੈਣੀਆਂ ਸੀ 25 ਸਾਲਾਂ ਦਾ ਵਾਸਤੇ ਰਾਜ ਕਰਨਾ ਸੀ ਜੀ। ਜਦੋਂ ਮਾਫ਼ੀਨਾਮੇ ਨੂੰ ਸਿੱਖਾਂ ਨੇ ਜਿਹੜਾ ਹੈਗਾ ਰੱਦ ਕਰ ਦਿੱਤਾ, ਉਹਨਾਂ ਨੇ ਪਰਵਾਹ ਮੰਨਣ ਤੋਂ ਇਨਕਾਰ ਕਰ ਦਿੱਤਾ, ਫਿਰ ਲਗਭਗ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਜਾਂਦੇ ਗੁਰੂ ਕੀ ਗੋਲਖ ਦੇ ਵਿੱਚ, ਉਹ ਵੀ ਇੱਕ ਪਾਪ ਹੈ। ਇਸ ਕਰਕੇ ਜਿਹੜੀ ਬਿਮਾਰੀ ਦੀ ਜਾ ਰਹੇ ਨਾ, ਬਿਮਾਰੀ ਦੀ ਜਾ ਰਹੇ ਆ ਕਿ ਚੰਡੀਗੜ੍ਹ ਜਦੋਂ ਸਿੰਘ ਸਾਹਿਬਾਨਾਂ ਨੂੰ ਤਖ਼ਤਾਂ ਦੇ ਜਥੇਦਾਰਾਂ ਨੂੰ ਸਰਕਾਰੀ ਤਖ਼ਤ ਦੇ ਉੱਤੇ ਬੁਲਾਇਆ ਗਿਆ ਸੀ ਜੀ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਜਿਹੜੇ ਜਾਣੇ ਜਾਣ ਜਾਣੇ ਚ ਗੁਨਾਹ ਹੋਏ ਆ ਮੈਂ ਉਹ ਪ੍ਰਵਾਨ ਕਰਨਾ, ਉਹ ਨਹੀਂ ਪ੍ਰਵਾਨ ਕਰਨ ਵਾਲੀ ਗੱਲ ਕਰ ਲਿਆ ਕਿ ਜਦੋਂ ਜਿਵੇਂ ਕਹਿੰਦੇ ਹੁੰਦੇ ਨਾ ਵੀ ਜਦੋਂ ਭੁੱਖੇ ਸ਼ੇਰਾਂ ਨੂੰ ਬੱਕਰੀਆਂ ਤੇ ਛੱਡਦਾ ਤੇ ਉਹਨਾਂ ਨੇ ਕੀ ਗੱਲ ਕੀਤੀ ਸੀ, ਜਿਹਨਾਂ ਲੋਕਾਂ ਦੇ ਕੋਲੇ ਨੌਜਵਾਨਾਂ ਨੂੰ ਮਾਰਨ ਦਾ ਤਜਰਬਾ ਸੀ, ਜਦੋਂ ਉਹਨਾਂ ਬੰਦਿਆਂ ਨੂੰ ਭੇਜਦਾ ਤੁਸੀਂ ਕੋਟਕਪੂਰੇ ਕੇ ਜਾਓ, ਜਿਹੜੇ
ਸਤਨਾਮ ਵਾਹਿਗੁਰੂ ਦਾ ਪਾਠ ਕਰਨ ਵਾਲੇ ਲੋਕ ਹੈ, ਉਹਨਾਂ ਨੂੰ ਜਾ ਕੇ ਤੁਸੀਂ ਸਭ ਕੁਛ ਸਿਖਾਓ ਤੇ ਉਹਨਾਂ ਨੇ ਆ ਕੇ ਗੋਲੀਆਂ ਮਾਰੀਆਂ, ਉਹੀ ਤਜਰਬਾ ਪੁਰਾਣਾ ਜਿਹੜਾ ਖਾੜਕੂ ਪਾਸ ਦੇ ਵਿੱਚ ਉਹਨਾਂ ਨੇ ਅਪਣਾਇਆ ਸੀ। ਇਹ ਸਾਰੇ ਸਵਾਲ ਜਿਹੜੇ ਹੈਗੇ ਆ ਬੂਟੇ ਦਿਖ ਰਹੇ ਔਰ ਇਹ ਸਵਾਲ ਜਵਾਬ ਮੰਗਦੇ ਹੈ ਥੋੜੇ, ਕਿਉਂਕਿ ਉਹਦਾ ਪੱਤਰ ਜਨਤਕ ਹੋ ਗਿਆ, ਬਹਿਸ ਇਸ ਵੇਲੇ ਇਸ ਗੱਲ ਦੇ ਉੱਤੇ ਚੱਲ ਰਹੀ ਹੈ, ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਕੀ ਹੁਣ ਕਲਾ ਭਾਂਡੇ ਮਾਂਜਣ ਵਾਲੀ ਸਜ਼ਾ ਹੋਊਗੀ, ਕੀ ਜੋੜੇ ਜਾਣ ਵਾਲੀ ਸਜ਼ਾ ਹੋਊਗੀ, ਕੀ ਅਕਾਲੀ ਫੂਲਾ ਸਿੰਘ ਵਾਲੀ ਸਜ਼ਾ ਹੋਊਗੀ, ਜਾਂ ਕੀ ਸਜ਼ਾ ਉਹ ਹੋਊਗੀ ਜਿਹੜੀ ਬੂਟਾ ਸਿੰਘ ਨੂੰ ਦਿੱਤੀ ਗਈ ਸੀ, ਜਿਹੜੀ ਸੁਖਬੀਰ ਸਿੰਘ ਆਪਣੇ ਸੁਰਜੀਤ ਸਿੰਘ ਬਰਨਾਲਾ ਨੂੰ ਦਿੱਤੀ ਗਈ ਸੀ, ਚਮੜੇ ਨਾਲ ਬੰਨਿਆ ਗਿਆ ਸੀ, ਜਾਂ ਕੀ ਸਜ਼ਾ ਉਹ ਹੋਊਗੀ ਕਿ ਭਾਈ ਪਹਿਲਾਂ ਸਾਫ਼ ਹੋ ਕੇ ਆਓ, ਅਸਤੀਫੇ ਦੇ ਕੇ ਆਓ, ਅਸਤੀਫੇ ਦਿਓ ਤੁਸੀਂ ਇਸ ਗੱਲ ਦੇ ਉੱਤੇ। ਸੋ ਇਹ ਹੁਣ ਜਿਹੜੀ ਹੈ ਸਾਰੇ ਸਿੱਖ ਜਗਤ ਦੀਆਂ ਗੱਲਾਂ, ਪੰਜਾਬ ਦਾ ਨੀ ਭਾਰਤ ਦਾ ਨੀ ਦੁਨੀਆਂ ਦੇ ਸਿੱਖ ਜਗਤ ਦੀਆਂ ਨਜ਼ਰਾਂ ਅਕਾਲ ਤਖ਼ਤ ਸਾਹਿਬ ਵੱਲ ਲੱਗੀਆਂ ਹੋਈਆਂ। ਔਰ ਇਸ ਵੇਲੇ ਚੰਨੀ ਸਾਹਿਬ ਜਿਹੜਾ ਖਤਰਾ ਹੈ ਨਾ, ਜਿਹੜਾ ਡਰ ਲੱਗ ਰਿਹਾ ਹੈ, ਜਿਹੜੇ ਚਿੰਤਕ ਬੰਦੇ ਹੈ ਜਿਹਨਾਂ ਲੋਕਾਂ ਦਾ ਬੜਾ ਵੱਡਾ ਮਤਲਬ ਜਿਹੜਾ ਹੈਗਾ ਜੀਵਨ ਹੈ, ਜਿਹੜਾ ਪੰਥਿਕ ਪੰਥ ਦੇ ਲਈ ਜੂਝਦਾ ਰਿਹਾ ਹੈ, ਉਹ ਲੋਕ ਸਾਰੇ ਇਸ ਗੱਲ ਤੋਂ ਕਹਿੰਦੇ ਕਿਤੇ ਇਹ ਨਾ ਹੋਵੇ ਕਿ ਸਿੰਘ ਸਾਹਿਬਾਨ ਕੋਈ ਅਜਿਹਾ ਫੈਸਲਾ ਲੈ ਲੈਣ ਜਿਹੜਾ ਫੈਸਲਾ ਸੰਗਤਾਂ ਨੂੰ ਪਰਵਾਹ ਨਾ ਹੋਵੇ, ਤੇ ਮੁੜ ਕੇ ਜਿਹੜੀ ਅਕਾਲ ਤਖ਼ਤ ਸਾਹਿਬ ਦੀ ਭਰੋਸੇਯੋਗਤਾ ਹੈ, ਜਿਹੜਾ ਲੋਕਾਂ ਦਾ ਉਹਨਾਂ 'ਚ ਭਰੋਸਾ, ਜਿਹੜਾ ਵਿਸ਼ਵਾਸ ਹੈ ਕਿਤੇ, ਉਹਨੂੰ ਆ ਜਾ ਜੇ ਕੋਈ। ਇਹ ਗੱਲ ਹੈ ਜਿਹੜੀ ਬਹੁਤ ਸਾਰੇ ਲੋਕ ਡਰੇ ਹੋਏ ਹੈ ਕਿ ਅਗਰ ਸਿੰਘ ਸਾਹਿਬਾਨ ਜਿਹੜੇ ਉੱਥੇ, ਕਿਉਂਕਿ ਅਕਾਲ ਤਖ਼ਤ ਦਾ ਮੁਕਾਮ ਬਹੁਤ ਉੱਚਾ ਹੈ, ਬਿਲਕੁਲ ਸੇਵਾਦਾਰ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਕੱਦ ਆ ਉਹਦੇ ਮੁਤਾਬਕ ਨਹੀਂ ਹੈਗਾ ਉਹ, ਕਿਉਂਕਿ ਉਹਨਾਂ ਦੀ ਜਿਹੜੀ ਹੈ ਜੇ ਆਪਾਂ ਦੇਖੀਏ ਉਹਦੇ ਆਪਾਂ ਨੂੰ ਕੋਈ ਕਸੂਰ ਨਹੀਂ ਕਹਿ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਕਿੱਥੋਂ ਨਿਕਲਦੇ ਆ ਜੀ, ਅਕਾਲੀ ਦਲ ਦੇ ਲਿਫਾਫੇ ਚੋਂ, ਔਰ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਕੌਣ ਕਰ ਰਹੇ ਆ ਜੀ, ਉਹ ਕਰ ਰਹੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ। ਤਾਂ ਜੇ ਆਪਾਂ ਦੇਖੀਏ ਤਾਂ ਮਤਲਬ ਆਪਾਂ ਦੇਖੀਏ ਕਿ ਜਿਹੜੇ ਨੌਕਰੀ ਦੇਣ ਵਾਲੇ ਬੰਦੇ ਆ, ਮੈਂ ਇੱਥੇ ਨੌਕਰੀ ਜਾਂ ਸੇਵਾ ਕਹਿ ਲਈਏ ਆਪਾਂ, ਸੇਵਾ ਦੇਣ ਵਾਲੇ ਬੰਦੇ ਹੈ, ਸੇਵਾ ਦੇਣ ਵਾਲੇ ਬੰਦੇ ਜਿਹੜੇ ਹੈਗੇ ਆ ਉਹ ਅਕਾਲੀ ਦਲ ਦੇ ਲੀਡਰਾਂ ਦੇ ਸੇਵਾਦਾਰਾਂ ਦੇ ਸੇਵਾਦਾਰ ਹੈ, ਉਹ ਅੱਗੇ ਸੇਵਾ ਦੇਣਗੇ, ਉਹ ਫਿਰ ਉਹ ਕਿੰਨਾ ਕੁ ਸਟੈਂਡ ਲੈ ਸਕਦੇ ਆ। ਪਰ ਇਹਦਾ ਮਤਲਬ ਇਹ ਵੀ ਨਹੀਂ ਆਪਾਂ ਕਹਿ ਦਈਏ ਕਿ ਵੀਰ ਅਸੀਂ ਖਤਮ ਹੋ ਗਿਆ, ਕੋਈ ਗੱਲ ਹੀ ਨਹੀਂ ਹੈ, ਬੜੇ ਜਿਹੜੇ ਹੈਗੇ ਜਿੰਦਾ ਦਿਲ ਲੋਕ ਵੀ ਹੈਗੇ ਹੈ, ਉਹ ਲੋਕ ਵੀ ਹੈਗੇ ਆ ਜਿਹੜੇ ਲੋਕ ਆਪਣੀ ਜ਼ਮੀਰ ਦੇ ਮੁਤਾਬਕ ਗੱਲ ਕਰਦੇ ਆ, ਔਰ ਮੈਂ ਉਹਨਾਂ ਚੋਂ ਕਹਿੰਦੀ ਹਰਪ੍ਰੀਤ ਸਿੰਘ ਨੂੰ ਕਿਸੇ ਹੱਦ ਤੱਕ ਠੀਕ ਸਮਝਦਾ ਕਿ ਕਹਿੰਦੀ ਹਰਪ੍ਰੀਤ ਸਿੰਘ ਹੋਰਾਂ ਨੇ ਪਹਿਲਾਂ ਵੀ ਕਿਹਾ ਸੀਗਾ, ਪਿੱਛੇ ਵੀ ਜਦੋਂ ਉਹਨਾਂ ਦੇ ਦਬਾਅ ਪਿਆ ਸੀਗਾ ਜੀ ਸਾਨੂੰ ਮਾਫ਼ ਕਰ ਦਿਓ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਣਾ, ਤੇ ਉਹਨਾਂ ਨੇ ਕਹਿਣਾ ਸੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਸੀ ਕਿ ਜੇ ਭਾਈ ਤਖ਼ਤ ਸਾਹਿਬ ਤੇ ਉਹਨਾਂ ਦੇ ਪਹਿਲਾਂ ਸਧਾਰਨ ਬੰਦੇ ਬਣ ਕੇ ਆਓ, ਅਸਤੀਫੇ ਦੇ ਕੇ ਆਓ। ਸੋ ਹਾਲਾਤ ਬੜੇ ਟੇਢੇ ਆ, ਮੀਟਿੰਗ ਦੀ ਰੂਪ ਬਣਾ ਦੀ ਹੈ, ਮੀਟਿੰਗ ਛੂਟ ਹੈ ਕੀ ਜੀ, ਇਹ ਸੋਚਣ ਵਾਲੀ ਗੱਲ ਹੈ, ਇਹ ਨਾ ਮੇਰੇ ਪਾਸ ਦਾ ਰੋਗ ਹੈ ਨਾ ਤੁਹਾਡੇ ਪਾਸ ਦਾ ਰੋਗ ਹੈ। ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੀ ਤਾਂ ਹਾਲਤ ਮਾੜੀ ਹੋਈ ਹੈ, ਕਿਉਂਕਿ ਪਬਲਿਕ ਡੋਮੇਨ ਦੇ ਵਿੱਚ ਸਿੱਖ ਭਾਈਚਾਰੇ ਨੇ ਸਿੱਖ ਤਾਂ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਪਿੰਡਾਂ ਦੇ ਕਿਸਾਨ ਗੱਲ ਸੁਣਨ ਨੂੰ ਤਿਆਰ ਨਹੀਂ, ਜਮਾਨਤ ਦਾ ਜ਼ਬਤ ਹੋ ਰਹੀ ਹੈ, ਇਹਦੇ ਬਾਵਜੂਦ ਵੀ ਕੋਨਾ ਮਾਨੂੰ ਮੈਂ ਤਾਂ ਬੈਠੂਗਾ ਜੀ ਗੱਡੀ ਤੇ, ਮੈਂ ਗਿਣਤੀ ਛੱਡਦਾ ਨੀਗਾ। ਅਕਾਲੀ ਦਲ ਦੀ ਲੋੜ ਆਪਾਂ ਬੜੇ ਵਾਰੀ ਗੱਲ ਕਰ ਚੁੱਕੇ ਹਾਂ, ਪਰ ਅੱਗੇ ਫੈਸਲਾ ਕੀ ਹੋਣਾ ਇਹ ਸਿੱਖ ਸਾਹਿਬਾਨ ਤੇ, ਤੇ ਜਾਂ ਜਿਹੜੀਆਂ ਸਿੱਖ ਸੰਗਤਾਂ ਸੁਣਦੇ ਤਾਂ ਉਹ ਦਬਾਅ ਕਿੰਨਾ ਕੁ ਬਣਾ ਕੇ ਰੱਖਦੀਆਂ, ਇਹਦੇ ਨਿਰਭਰ ਹੈ ਜੀ। ਹਾਂ ਬਿਲਕੁਲ ਜੀ, ਆਪਣੇ ਨਾਲ ਕਾਲਰ ਵੀ ਜੁੜੇ, ਆਪਾਂ ਕਾਲ ਲੈ ਲਈਏ। ਹਾਂਜੀ 41-35 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਪਰਾ ਸਾਹਿਬ ਜੀ। ਹਾਂਜੀ ਅੱਛਾ, ਢਿੱਲੋਂ ਸਾਹਿਬ ਇਹ ਦੱਸਿਓ ਵੀ ਹੁਣ ਜਥੇਦਾਰ ਸਾਹਿਬਾਨ ਤੇ ਸਾਰੀ ਸਿੱਖ ਕੌਮ ਦੀ ਅੱਖਾਂ ਲੱਗੀ ਹੋਈ ਵੀ ਕੀ ਫੈਸਲਾ ਦਿੰਦੇ ਆ ਜੀ, ਮਤਲਬ ਜਿਹੜੀ ਫੈਸਲਾ ਦੇਣ ਵਾਲੀ ਅਥਾਰਟੀ ਹੁੰਦੀ ਆ ਨਾ ਉਹ ਮਤਲਬ ਵੈਲ ਐਜੂਕੇਟਡ ਹੁੰਦੀ ਆ, ਤੇ ਜਿਹੜੇ ਭਾਜੀ ਜਥੇਦਾਰ ਨੇ ਕੀ ਤੁਸੀਂ ਦੱਸੋਗੇ ਵੀ ਇਹਨਾਂ ਦੀ ਜਿਹੜੀ ਐਜੂਕੇਸ਼ਨ ਬੈਕਗਰਾਊਂਡ ਹੈ ਕੀ ਆ, ਤੇ ਕਿਹੜੇ ਪਾਸੇ ਇਹਨਾਂ ਦੀ ਅਪਾਇੰਟਮੈਂਟ ਕੀਤੀ ਜਾਂਦੀ ਆ, ਤੇ ਜਿਹੜੇ ਅਪਾਇੰਟਮੈਂਟ ਕਰਦੇ ਆ ਉਹਨਾਂ ਦੀ ਆਪਦੀ ਕੋਈ ਕੁਆਲੀਫਿਕੇਸ਼ਨ ਹੁੰਦੀ ਹੈ, ਕਿਉਂਕਿ ਇਹਨਾਂ ਦੇ ਬਹੁਤ ਵੱਡੇ ਫੈਸਲੇ ਲੈਣੇ। ਧੰਨਵਾਦ ਜੀ। ਬੜਾ ਵੱਡਾ ਸਵਾਲ ਤੁਸੀਂ ਖੜਾ ਕਰ ਦਿੱਤਾ ਢਿੱਲੋਂ ਸਾਹਿਬ, ਆਪਾਂ ਕਾਲ ਲੈ ਲਈਏ ਹੋਰ। ਹਾਂਜੀ ਲਾਲ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸੁਖਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਨਾ ਤਾਂ ਪਹਿਲਾਂ ਵਰਗੇ ਜਥੇਦਾਰ ਆ ਇਹ, ਜਿਵੇਂ ਕਰਤਾਰ ਸਿੰਘ ਝੱਬਰ ਤੇ ਆਪਾਂ ਮੋਹਨ ਸਿੰਘ ਧੁੜ ਦੀ ਗੱਲ ਕਰ ਲਈ, ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਹੋਇਆ ਸੀ, ਉਹਨਾਂ ਨੇ ਕਿਹਾ ਸੀ ਵੀ ਅਦਾਲਤ ਦੇ ਵਿੱਚ ਆ ਕੇ ਬਿਆਨ ਦਰਜ ਕਰਾਓ। ਉਹਨਾਂ ਨੇ ਕਿਹਾ ਸੀ ਸਾਡੀ ਅਦਾਲਤ ਦਾ ਕਾਲ ਤਖ਼ਤ ਆ ਚੁੱਕਾ, ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਫੈਸਲਾ ਆਊਗਾ, ਬਿਲਕੁਲ ਸੁਖਬੀਰ ਬਾਦਲ ਦੇ ਮੁਤਾਬਕ ਹੀ ਉੱਥੋਂ ਜਿਹੜਾ ਉਹ ਫੈਸਲਾ ਨਿਕਲਣਾ ਉਹਦੇ ਮੁਤਾਬਕ ਹੀ ਨਿਕਲਣਾ। ਢਿੱਲੋਂ ਸਾਹਿਬ, ਹੁਣ ਅਕਾਲੀ ਦਲ ਨੇ ਜਿਹੜੀ ਚਾਰ ਜੀਵਨੀ ਚੋਣ ਆ ਰਹੀ ਹੈ, ਢਿੱਲੋਂ ਸਾਹਿਬ ਅਬਜਰ ਪਰ ਲਾ ਤੇ ਆ ਇਹਨਾਂ ਨੇ, ਮਤਲਬ ਉਹਨਾਂ ਦੇ ਵਿੱਚ ਇੱਕ ਸੀਟ ਤੋਂ ਸੁਖਬੀਰ ਬਾਦਲ ਨੂੰ ਨੀ ਚੋਣ ਲੜਨੀ ਚਾਹੀਦੀ। ਢਿੱਲੋਂ ਸਾਹਿਬ, ਦੂਸਰੀ ਗੱਲ, ਢਿੱਲੋਂ ਸਾਹਿਬ ਜਿਹੜਾ ਪੰਜਾਬ ਜੂਝ ਰਿਹਾ ਹੈਗਾ ਨਸ਼ਿਆਂ ਨੂੰ ਲੈ ਕੇ, ਹੁਣ ਮਤਲਬ ਜਿਹੜੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਉੱਥੇ ਹੀਰੋਇਨ ਦੀ ਕਾਸ਼ਤ ਤੇ ਰੋਕ ਲਾਤੀ, ਉਹਨਾਂ ਨੇ ਅਫੀਮ ਦੀ ਖੇਤੀ ਤੇ ਵੀ ਰੋਕ ਲਾਤੀ ਆ। ਹੁਣ ਚੜ੍ਹਦੇ ਪੰਜਾਬ ਵਾਲੇ ਦੋ ਤਿੰਨ ਮਾਮਲੇ ਜੀ ਢਿੱਲੋਂ ਸਾਹਿਬ ਸਾਹਮਣੇ ਆਏ ਨੇ, ਉਹਨੇ ਜਿਹੜੇ ਨੌਜਵਾਨ ਪਹਿਲਾਂ ਚਿੱਟੇ ਦੇ ਵਿੱਚੋਂ ਵੀ ਲੰਘੇ, ਹੀਰੋਇਨ ਚ ਵੀ ਲੰਘੇ, ਦੂਜਾ ਤਾਂ ਆਪਾਂ ਚਲੋ ਫੀਸ ਫੁੱਕੀ ਤਾਂ ਨਸ਼ਾ ਮੰਨਦੀ ਹੈਗੇ, ਹੁਣ ਇੱਕ ਐਸ ਨਸ਼ਾ ਦੇ ਕੇ ਸਾਹਮਣੇ ਆਏ ਨੇ ਢਿੱਲੋਂ ਸਾਹਿਬ, ਜਿਹੜਾ ਕ੍ਰਿਸਟਲ ਮੈਥਮ ਫੈਟਾ ਸੈਨ ਤੋਂ ਬਣਦਾ ਗਾ, ਜੋ ਸੋਡੀਅਮ ਐਫਰ ਹੀਲ ਤੋਂ ਤਿਆਰ ਹੁੰਦਾ। ਢਿੱਲੋਂ ਸਾਹਿਬ, ਉਹਨਾਂ ਗੱਲਾਂ ਨੂੰ ਲੈ ਕੇ ਇੱਕ ਪੰਜਾਬ ਨਾਲ ਇੱਕ ਧੱਕਾ ਹੋਣ ਜਾ ਰਿਹਾ। ਢਿੱਲੋਂ ਸਾਹਿਬ, ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਬਿਲਕੁਲ ਹੀ ਗੰਭੀਰ ਨੀ ਹੈਗਾ, ਇਹ ਐਸ ਨਸ਼ਾ ਜਿਹੜਾ ਢਿੱਲੋਂ ਸਾਹਿਬ ਇਹ ਐਸ ਨਸ਼ਾ ਉਹੀ ਆ ਜਿਹੜਾ ਜਗਦੀਸ਼ ਭੋਲੇ ਨੂੰ ਜਿਹੜੇ ਨਸ਼ੇ ਦੇ ਵਿੱਚ ਕੈਦ ਹੋਈ ਆ, ਜਿਹੜਾ ਐਸ ਨਸ਼ਾ ਅੰਮ੍ਰਿਤਪਾਲ ਦੇ ਭਰਾ ਕੋਲੋਂ ਵੀ ਫੜਿਆ ਗਿਆ, ਇਹਨਾਂ ਦਗਾਇਆ ਦੀ ਸੱਚਾ ਜਾਂ ਝੂਠਾ ਇਹ ਤਾਂ ਨੀ ਆਪਾਂ ਦੱਸ ਸਕਦੇ, ਇਹਦਾ ਅਦਾਲਤ ਨੇ ਦੱਸਣਾ ਗਾ। ਇਹ ਉਹਨਾਂ ਨੂੰ ਲੈ ਕੇ ਸਰਕਾਰਾਂ ਬਿਲਕੁਲ ਗੰਭੀਰ ਨਹੀਂ ਗਿਆ। ਹੁਣ ਪੰਜਾਬ ਦਾ ਨੌਜਵਾਨ ਢਿੱਲੋਂ ਸਾਹਿਬ ਕਿੱਧਰ ਜਾਵੇ, 8 ਲੱਖ ਤੋਂ ਵੱਧ ਤੇ ਵਿਦੇਸ਼ਾਂ ਦੇ ਵਿੱਚ ਜਾ ਚੁੱਕਿਆ। ਦੂਸਰੀ ਗੱਲ, ਜਿਹੜੀ ਸ਼ੇਖ ਹਸੀਨਾ ਉੱਤੇ ਦੂਸਰੀ ਪਾਰਟੀ ਹੈ ਢਿੱਲੋਂ ਸਾਹਿਬ PNP, ਉਹਨਾਂ ਨੂੰ ਲੈ ਕੇ ਉਹ PNP ਪਾਰਟੀ ਉਹ ਆ ਬਿਲਕੁਲ ਜਿਹੜੀ ਆਪਣੀ ਚੀਨ ਤੇ ਪਾਕਿਸਤਾਨ ਦੇ ਮੁਤਾਬਕ ਉਹ ਚੱਲਦੀ ਆ, ਉਹਨਾਂ ਨੂੰ ਲੈ ਕੇ ਪੰਜਾਬ ਤੇ ਆਪਣਾ ਕੇਂਦਰ ਸਰਕਾਰ ਗੰਭੀਰ ਨੀ ਹੋ ਰਿਹਾ। ਢਿੱਲੋਂ ਸਾਹਿਬ, ਵੀ ਆਉਣ ਵਾਲੇ ਸਮੇਂ ਚ ਜਿਹੜੀ ਆਰਥਿਕ ਆਪਣੇ ਵਪਾਰ ਨੇ ਉਹਦੇ ਨਾਲ ਆਪਾਂ ਨੂੰ ਉਡੀਕੇ ਦੇ ਮਣਿੱਕੇ ਵੀ ਦੇਖਣੇ ਪੈਣਗੇ। ਢਿੱਲੋਂ ਸਾਹਿਬ, ਇਹਦੇ ਬਾਰੇ ਮਾੜਾ ਜਿਹਾ ਕਰਿਓ ਜੀ ਵਿਸ਼ਲੇਸ਼ਣ। ਧੰਨਵਾਦ ਜੀ, ਧੰਨਵਾਦ ਜੀ। ਢਿੱਲੋਂ ਸਾਹਿਬ, ਸਿਕੰਦਰ ਸਿੰਘ ਹੋਰਾਂ।